ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹੋਰ ਕਿਵੇਂ ਹੋ? ਆਪਣਾ ਹੈਗਾ ਜੀ ਬਲੌਗ ਛੇਵਾਂ। ਸੋ ਅੱਜ ਦੇਖਦੇ ਹਾਂ ਕਿਆ ਕੁਛ ਕਮਲ ਘੋਟਿਆ ਅਤੇ ਕਿਆ ਕੁਛ ਵੀਡੀਓ ਦੇ ਵਿੱਚ ਰੰਗ ਲਾਏ ਆ। ਸੋ ਤੁਸੀਂ ਸਾਰਿਆਂ ਨੇ ਦੇਖਣਾ ਅਤੇ ਆਪਣੇ ਪੇਜ ਨੂੰ ਸਬਸਕ੍ਰਾਈਬ ਕਰਨਾ ਅਤੇ ਜਿੰਨਾ ਹੋ ਸਕਦਾ ਸ਼ੇਅਰ ਜ਼ਰੂਰ ਕਰਿਓ ਕਰੋ ਵੀਰੋ ਵੀਡੀਓ ਅਤੇ ਵੱਧ ਤੋਂ ਵੱਧ। ਅਤੇ ਨਾਲ ਦੀ ਨਾਲ ਜਿਹੜੇ ਮੇਰੇ ਵੀਰ ਨਹੀਂ ਆ, ਜਿਹੜੇ ਦੇਖਦੇ ਆ ਇਕੱਲੇ ਵੀਡੀਓ, ਉਹ ਸਬਸਕ੍ਰਾਈਬ ਜ਼ਰੂਰ ਕਰ ਲਿਓ ਪੇਜ ਨੂੰ ਅਤੇ ਆਪਣਾ ਕੀ ਕਹਿੰਦੇ ਹੁੰਦੇ ਬੈਲ ਦੀ ਘੰਟੀ ਜ਼ਰੂਰ ਦਵਾ ਦਿਓ। ਟਨ 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 ਹੁਣ ਇੱਥੇ 6 ਤੋਂ ਪਹਿਲਾਂ ਕੀ ਆਂਦਾ ਆ? ਘਰ ਚ ਔਖਾ ਨਿਆਣੇ ਪੜਾ ਨਹੀਂ ਜਾਂਦੇ। ਕੀ ਹੁੰਦਾ 6 ਤੋਂ ਪਹਿਲਾਂ? 1-2 ਗਿਣ ਚਾ, 1-2 ਬੋਲ ਆਪਣਾ ਬਲੌਗ। ਸੋ ਨਿਆਣੇ ਪੜਾਣੇ ਸੌਖੇ ਆ ਘਰਾਂ ਚ? ਹਾਂ। 1 6 ਤੋਂ ਪਹਿਲਾਂ ਕੀ ਆਂਦਾ? 7 ਪਹਿਲਾਂ ਕਿਹਾ ਮੈਂ, 6 ਤੋਂ ਪਹਿਲਾਂ ਕੀ ਆਂਦਾ? 5 ਨਹੀਂ ਬੋਲਿਆ? 5 ਲੈ ਕੇ ਉਹ ਜੀ ਡੈਡ ਦੀ ਐਨਵਰਸਰੀ ਆ, ਤਾਂ ਮੰਮੀ ਦੀ ਯਾਦ ਪਨੀਰ ਵਾਲੇ ਪਕੌੜੇ ਤਿਆਰ ਹੋਣ ਡੇ ਜੇ ਤੇ ਅਸੀਂ ਘੁੰਡੇ ਕੁੱਟਣ ਡੇ ਜੇ। ਜੋ ਵੀ ਸਮੱਗਰੀ ਆ ਬ੍ਰੈਡ ਵੀ ਤਿਆਰ ਹੋ ਰਿਹਾ, ਬਾਕੀ ਇੱਧਰ ਬੇਸਣ ਆ ਵੀਕਐਂਡ ਤੇ ਚੱਲਣ ਡਿਆ ਅੱਜ ਸਾਰੀ ਆਈਟਮਾਂ। ਪਨੀਰ ਵਾਲੇ ਪਕੌੜੇ ਨਾ ਭਰਾਵਾ ਮੈਂ ਦੇ ਸਕਦੀ। ਹਾਂਜੀ ਦੇਖੋ ਜੀ ਆਪਣਾ ਇਹ ਬਲੌਗ ਹੈਗਾ ਛੇਵਾਂ। ਸੋ ਅੱਜ ਘਰੇ ਆ, ਚਿੱਲ ਮਾਰਦੇ ਜੇ ਪਕੌੜੇ ਪਾਉਂਦੇ ਜੇ। ਇਹ ਸਾਡੇ ਭਰਾ ਹੋਣੇ ਵੱਡੇ ਨਾ, ਭਾਬੀ ਹੋਣੇ। ਦੇਖੋ ਜੀ ਪਿੱਛੇ ਪਨੀਰ ਵਾਲੇ ਪਕੌੜੇ ਪਾਉਂਦੇ, ਦੇਖੋ ਭਾਈ ਬ੍ਰੈਡ ਵਾਲੇ ਪਕੌੜੇ ਪਾਉਂਦੇ ਜੇ ਹੁਣ। ਸੋ ਰਿੱਝ ਕੇ ਯਾਦ ਆ। ਸੋ ਭਾਅ ਜੀ ਹੁਣ ਕੱਢ ਲਓ, ਇਹ ਰਿੱਝ ਗਏ ਪ੍ਰਧਾਨ ਲਓ ਹੋ ਗਏ, ਮਤਲਬ ਜੋ ਵੀ ਆ ਫੜ ਲੈ। ਲੜੋ ਨਾ ਯਾਰ, ਤੁਸੀਂ ਮੀਆਂ ਬੀਬੀ ਇੱਕ ਤਾਂ ਲੜਦੇ ਹੀ ਬਹੁਤ, ਪਕੌੜੇ ਬਣਾਉਣ ਤੁਸੀਂ ਬਹੁਤ ਲੜਦੀ ਆ, ਲੜਿਆ ਨਾ ਕਰੋ। ਦੇਖੋ ਮੈਂ ਕਦੇ ਕਿਸੇ ਨੂੰ ਲੜਿਆ? ਮੈਂ ਕਦੇ ਨੀ ਲੜਿਆ। ਭਾਬੀ ਜਿੱਦਾਂ ਇਹ ਬ੍ਰੈਡ ਦੇ ਬਣਦੇ, ਇਹ ਤੋਂ ਬਾਅਦ ਕਿਹੜੀ ਅਗਲੀ ਆਈਟਮ ਕਾਹਦੀ ਬਣਦੀ? ਅੱਜ ਘਰੇ, ਅੱਜ ਘਰੇ ਪਕੌੜੇ ਬਣਦੇ ਜੇ, ਸ਼ਨੀਵਾਰ ਹੈ। ਅੰਬ ਵਾਲੇ ਪਕੌੜੇ ਬਣਾ ਕੇ ਬਹੁਤ ਸਵਾਦ ਬਣਨੇ, ਅੰਬ ਵਾਲੇ ਦੇਖੋ ਬਣਾ ਕੇ। ਬਾਬਿਓ ਫੇ ਅੰਬ ਵਾਲੇ ਪਕੌੜੇ ਖਾਣੇ ਜੇ, ਅੰਬ ਵਾਲੇ ਪਕੌੜੇ ਬਾਬੀ ਦੇਖੀ ਤਾਂ ਕੱਟ ਕੇ। ਸੁੱਕਾ ਧਨੀਆ ਬਾਬੀ, ਸੁੱਕਾ ਕਹਿੰਦੇ ਹੁੰਦੇ ਇਹਨੂੰ, ਪਰ ਦੂਜਾ ਧਨੀਆ ਉਹ ਨਹੀਂ, ਹਰਾ ਧਨੀਆ ਜਿਹੜਾ, ਹਰਾ ਧਨੀਆ ਜਿਹੜਾ ਉਹ ਵਿੱਚ ਏਦਾਂ ਡੋਡ ਡੋਡ ਜਿਹਾ, ਉਹ ਸੁੱਕਾ ਹੀ ਧਨੀਆ ਹੁੰਦਾ। ਓਕੇ ਹੁਣ ਦੇਖੋ ਜੀ, ਹਲਦੀ ਤੇ ਇਹ ਤੋਂ ਬਾਅਦ ਜੀ ਨਮਕ ਅਨੁਸਾਰ, ਸਵਾਦ ਅਨੁਸਾਰ ਨਮਕ, ਬਸ ਬਸ ਬਹੁਤ ਜ਼ਿਆਦਾ ਹੋਣਾ ਭਾਬੀ ਜੀ। ਲਾਲ ਮਿਰਚ ਅਤੇ ਪਕੌੜਿਆਂ ਦੀ ਸਮੱਗਰੀ, ਕਰਿਆਟੀ ਘੁਲਣ ਡੀ ਹੈ, ਬੇਸਣ ਜਿਹਨੂੰ ਕਹਿੰਦੇ ਅਸੀਂ, ਕਰਿਆਟੀ ਇਹ ਚਨਿਆਂ ਦੇ ਹੁੰਦੀਆਂ ਨਾ ਹੁਣੀਆਂ, ਆਪਣੇ ਹੱਥ ਸਾਰੀ ਲਾ ਜਾਣੀ ਬਣਾਈ, ਬਸ ਬਹੁਤ ਹੈ।
ਹੱਥ ਚ ਜ਼ੋਰ ਹੈ ਨੀ ਪਿਆਜ ਕਾਹਨੂੰ ਮੈਂ ਵਿੱਚੇ ਪਾ ਲਿਆ ਨਾ ਲੜੋ ਯਾਰ ਮੈਂ ਕਿੰਨੀ ਵਾਰ ਕਿਹਾ ਤੁਸੀਂ ਨਾ ਲੜਦੇ ਹੀ ਬਹੁਤ ਹੈ ਇੱਕ ਤਾਂ ਨਿਆਣੇ ਨੂੰ ਲੜਦੇ ਰਹਿੰਦੇ ਤੁਸੀਂ ਪਿਆਜ ਨੂੰ ਬਾਅਦ ਚੋਂ ਕੱਢਣੇ ਨੇ ਹੋਰ ਫਿਰ ਤੂੰ ਵੀ ਤੇ ਦੱਸਿਆ ਦੱਸਿਆ ਹੀ ਹੈ ਜਿਹੜੇ ਦਿੱਤੇ ਬਾਅਦ ਚ ਕਹਿੰਦੇ ਪਿਆਜ ਇਹਨਾਂ ਦੇ ਪਾਸੇ ਇਹ ਆ ਜੀ ਗੋਭੀ ਵਾਲੇ ਪਕੌੜੇ ਸੋ ਪਿਆਜ ਵਾਲੇ ਨਾਲ ਵਿੱਚ ਪਿਆਜ ਆ ਤੇ ਬਾਕੀ ਦੇਖਦੇ ਆ ਕੇ ਕਿਆ ਰਿਜ਼ਲਟ ਆਉਂਦਾ ਭਾਈ ਬ੍ਰੈਡ ਵਾਲਾ ਦੇਖੋ ਤੇ ਇੱਕ ਤੂੰ ਖਾ ਕੇ ਦੇਖੀ ਮੜ ਜਾ ਹਾਫ ਮੈਨੂੰ ਦਿਓ ਹਾਫ ਵਿੱਚ ਵਿੱਚ ਵਾਲਾ ਪੋਲਾ ਜਿਹਾ ਮੈਨੂੰ ਦਿਓ ਬ੍ਰੈਡ ਵਾਲਾ ਹੀ ਹੁਣ ਖਾ ਕੇ ਦੇਖੋ ਬੈਲਟ ਦਾ ਜਮੇ ਸਿਰਾ ਸਿਰਾ ਨਾਲ ਦੀ ਨਾਲ ਚਾਹ ਰੱਖਾਂਗੇ ਜੀ ਬਾਬੇ ਅਦਰਕ ਚਾਚੇ ਤਾਏ ਦੇ ਮੁੰਡੇ ਇਕੱਠੇ ਹੋਏ ਜੇ ਸੈਰ ਕਰਕੇ ਆਏ ਆ ਸੋ ਬਾਕੀ ਨਜ਼ਾਰੇ ਲੈਣ ਡੇ ਜੇ ਵੀਕਐਂਡ ਦਾ ਤੇ ਬਾਕੀ ਅੱਗੇ ਜਾ ਕੇ ਕਹਿੰਦੇ ਕੋਠੀ ਬਹਿ ਕੇ ਵੀਡੀਓ ਬਣਾਉਣੀ ਹੈ ਓਕੇ ਜੀ ਅਗਲੇ ਟੇਕ 'ਚ ਮਿਲਦੇ ਹਾਂ ਜੈ ਗੁੰਮਤਾ ਜੈ ਗੁੰਮਤਾ ਯਾਰ ਤੁਸੀਂ ਲੜਦੇ ਹੀ ਹੋ ਲੜਦੀਆਂ ਆਪਸੇ ਇੱਕ ਨੇ ਦੋ ਵਾਰੀ ਖਾ ਲਿਆ ਬਾਕੀ ਡਰ ਵੀ ਲੱਗਦਾ ਮੈਨੂੰ ਥੋੜ੍ਹਾ ਥੋੜ੍ਹਾ ਹੈ ਨਾ ਚਲੋ ਲਾਣ ਡੇ ਜੇ ਤੰਦੀ ਵਰਦਨ ਲੜਦੇ ਕਿੱਥੋਂ ਆਇਆ ਰੋਟੀ ਪਾਣ ਗਿਆ ਸੀ ਭਾਜੀ ਕਿਹੜੇ ਨੂੰ ਕਿਹਾ ਉਹਦੇ ਘਰ ਵਾਲੇ ਨੂੰ ਕਹਿ ਦਿੱਤਾ ਬਸ ਜਿਹਦੇ ਘਰ ਜਿਹੜੀ ਮਰੀ ਹੈ ਬੁੱਢੀ ਉਹਦੇ ਘਰ ਵਾਲੇ ਨੂੰ ਸੱਦਿਆ ਫੋਨ ਕਰਕੇ ਪਿਆ ਜੀ ਠੀਕ ਹੋ ਜਾਓ ਤੇ ਮਕਾਨਾਂ ਸੁਧਣੀਆਂ ਸੀ ਘਰੇ ਬੈਠੇ ਬਾਕੀ ਆਪਣੇ ਚਾਹ ਚਾਹ ਬਸ ਅੰਦਰ ਵਿੱਚ ਅੱਜ ਅਸੀਂ ਆਪਣੀ ਭੈਣ ਦੇ ਘਰੇ ਆਏ ਸੀ ਸੋ ਮਾਹੌਲ ਬਹੁਤ ਵਧੀਆ ਇੱਥੇ ਜਿੱਦਾਂ ਚੁੱਲ੍ਹੇ ਦੀ ਰੋਟੀ ਆ ਬਾਕੀ ਤੁਹਾਨੂੰ ਦਿਖਾ ਰਹੇ ਹਾਂ ਸੋ ਭਾਣਜੀ ਦਾ ਬਰਥਡੇ ਸੀ ਸਾਡੀ ਦਾ ਆਪਾਂ ਸੈਲੀਬ੍ਰੇਟ ਕਰ ਚੁੱਕੇ ਹਾਂ ਤਾਂ ਬਾਕੀ ਬਲੌਗ ਦੇ ਵਿੱਚ ਪਾਵਾਂਗੇ ਜ਼ਰੂਰ ਬਾਕੀ ਨਿਆਣਿਆਂ ਨੇ ਇੰਨਾ ਕੁ ਰੌਣਕ ਲਾਈ ਆ ਇੱਥੇ ਬਾਕੀ ਦਿਖਾ ਦਿਓ ਅੱਜ ਸਾਡੀ ਭਾਣਜੀ ਦਾ ਬਰਥਡੇ ਨਾਲੇ ਅੱਜ ਚੱਲਣ ਪਾਰਟੀ ਕਿਆ ਖਾਣਾ ਤੁਸੀਂ ਅੱਜ ਦੀ ਕੇਕ ਤਾਂ ਉਹਨੇ ਖਾਣਾ ਤੁਸੀਂ ਥੋੜ੍ਹੇ ਨਾ ਖਾਣਾ ਕੇਕ ਖਾਣਾ ਥੋੜ੍ਹੇ ਨਾ ਤੁਸੀਂ ਦੋਨੋਂ ਨੇ ਨਹੀਂ ਖਾਣਾ ਨਾ ਨਹੀਂ ਖਾਣਾ ਤੈਂ ਵੀ ਨਹੀਂ ਖਾਣਾ ਨਾ ਦੇਖੋ ਜਿੱਦਾਂ ਆਪਣਾ ਚੁੱਲ੍ਹਾ
ਚੁੱਲ੍ਹਾ ਰੋਟੀ ਚੁੱਲ੍ਹੇ ਦੇ ਨਾਲ ਇੱਧਰ ਹੀ ਪਏ ਉਹ ਸਾਰੇ ਦੇਖੋ ਜੀ ਪੱਖਾ ਡਾਇਆ ਕੋਈ ਫੋਨ ਆਈ ਬੀਜੀ ਆ ਉਹ ਨਿਆਣਿਓ ਹੈਗੀ ਹੋਣ ਡਿਆ ਜੇ ਪੈਣਾ ਕਿਹਨੂੰ ਪੈਣਾ ਦੰਦ ਦੁੰਦ ਨਾ ਲਾ ਦੇ ਕਿਸੇ ਦੇ ਦੇਖੋ ਆ ਮੁੰਡਾ ਪਿੱਛੇ ਆ ਇਹਨੂੰ ਵੀ ਵੀਡੀਓ ਦੇ ਵਿੱਚ ਲਵਾਂਗੇ ਤੇ ਕਹਿੰਦੇ ਲੁਕੀ ਜਾਂਦਾ ਮੈਂ ਤੁਸੀਂ ਵੀਡੀਓ ਬਣਾ ਲਈ ਸੋ ਬਾਕੀ ਮਾਹੌਲ ਬਹੁਤ ਹੀ ਘੈਂਟ ਯੂਨੋ ਪਿੰਡਾਂ ਦਾ ਸਭ ਤੋਂ ਘੈਂਟ ਮਾਹੌਲ ਹੁੰਦਾ ਆ ਬਾਕੀ ਦੇਖੋ ਹੀ ਪਿੰਡ ਆ ਪਿੰਡ ਨਹੀਂ ਆਪ ਕਾ ਪਿੰਡ ਹੈ ਪਿੰਡ ਹੈ ਸਰ ਰਹੀ ਹਾਂ ये पिंड कहते हैं इसको सियाना पिंड इधर सियाने लोग रहते हैं तुम भी सियाने हो तुम भी सियाने हो और यहाँ का माहौल भी अच्छा है इधर लोग बहुत अच्छे हैं और इधर जो कल्चर है इधर मेरे को ना खींच इधर सामने आके खींच कैमरे के सामने खींचूगा अरे मेरी शर्ट पार जाएगी देख इसके बर्न खींचोगे ਲੈ ਹਟਦਾ ਨੀ ਹੁਣ ਮੈਂ ਪੁਲਿਸ ਕੋਲ ਚੱਕਣਾ ਦੇਖੀਏ ਕਿੱਥੇ ਗਿਆ ਉਹ ਪੁਲਿਸ ਵਾਲਾ ਉਹ ਮੁੰਡਿਆ ਸਾਹਮਣੇ ਮੇਰੀ ਗੱਲ ਸੁਣ ਇਹਦੀ ਇੱਧਰ ਗੱਲ ਸੁਣ ਗੱਲ ਸੁਣ ਇੱਧਰ ਹੋ ਸਾਹਮਣੇ ਨੂੰ ਗੱਲ ਤਾਂ ਸੁਣ ਲੈ ਸੰਘਣਾ ਥੋੜ੍ਹੇ ਹੜ 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 ਓਏ ਉਹ ਲੜਨਾ ਨੀ ਉਹ ਮੁੰਡੇ ਉਹ ਹਾ ਓ ਮੈਂ ਫੇਰ ਤੂੰ ਜ਼ਿਆਦਾ ਖੜਕ ਨੀ ਵਾਲੀ ਜਾਂ ਡਿਆ ਜੇ ਅਰੇ ਕਹਿਣ ਟਿੱਡਾ ਜਿਹਾ ਮਾਰੂਗਾ ਤੈਨੂੰ ਨਹੀਂ ਉਹ ਬਹੁਤ ਤੇਜ਼ ਆ ਉਹਨੇ ਬਦਲਾ ਲੈ ਲੈਣਾ ਥੱਲੇ ਜਾ ਕੇ ਹਾਂਜੀ ਮੁੰਡਿਓ ਚਾਹ ਪੀਣ ਡੇ ਜੇ ਮੁੰਡੇ ਆਇਆ ਇਹ ਭਰਾ ਮੇਰਾ ਆਇਆ ਇਹ ਬਹੁਤ ਇਹ ਹੈਗਾ ਜੀ ਰਾਏ ਜਿਹੜਾ ਕਿ ਬੰਗਿਆ ਮਸ਼ਹੂਰ ਹੈ ਇਹਨਾਂ ਦਾ ਜੀ ਫੋਟੋਗ੍ਰਾਫਰ ਦਾ ਕੰਮ ਲਾਈਟਾਂ ਮਾਰ ਦਿਓ ਜੀ ਸੋ ਗਿੰਬਲ ਨਾਲੇ ਕੈਮਰਾ ਪਿਆ ਆ ਔਲਰੇਡੀ ਅਸੀਂ ਸ਼ੂਟ ਕਰਨਾ ਆ ਉਹ ਪਿੱਛੇ ਸੋਹਣਾ ਜਿਹਾ ਮੁੰਡਾ ਕਮਾਉਣਾ ਫੋਟੋ ਵਾਲਾ ਦੇਖੋ ਜੀ ਮੈਂ ਆਪਣੇ ਆਪ ਦਿਖਾ ਨਹੀਂ ਸਕਦਾ ਮੈਂ ਸਿਕਸ ਪੈਕ ਕੱਢ ਕੇ ਬੈਠਾ ਮੈਂ ਮਾੜੇ ਜਿਹੇ ਸਿਕਸ ਪੈਕ ਦਿਖਾ ਦਿੰਦਾ ਆਪਣੇ ਓ ਮਾਈ ਗੋਡ ਸੋ ਵੀ ਗੱਲ ਇੱਦਾਂ ਆ ਵੀ ਮੈਂ ਜਿੰਮ ਲਾ ਕੇ ਨਾ ਨਾ ਜਿੰਮ ਲਾ ਸਾਨੂੰ ਛੇ ਉਦਾ ਸਾਲ ਆ ਗੰਦਾ ਕੰਮ ਥੋੜ੍ਹਾ ਕਰੀਦਾ ਆਪਾਂ ਫੇਰ ਤਾਂ ਨਿਕਲਦੀ ਨਹੀਂ ਹੋਰਾਂ ਨਾਲ ਤਾਂ ਠੀਕ ਆ ਲੋਕਾਂ ਕਈਆਂ ਦੇ ਬਲ ਪੈਕ ਆਉਂਦੇ ਬਲ ਪੈਕ ਸਾਡੇ ਸਿਕਸ ਪੈਕ ਆ ਤੇਰੇ ਬਲ ਪੈਕ ਆ ਸਾਲਿਆ ਦੌੜ ਲਾਉਣ ਚੱਲੇ ਆਪਣੇ ਬੂਟ ਸ਼ਾਟ ਕੱਸੇ ਹੋਏ ਆ ਸੋ ਦੇਖਦੇ ਹਾਂ ਕਿਆ ਬਣਦਾ ਬਾਕੀ ਬਹੁਤ ਔਖਾ ਆ ਭਾਈ ਦੌੜਾਂ ਲਾਉਣੀਆਂ ਕਦੇ ਸੌਖੀਆਂ ਇੱਥੇ ਜੀਵ ਆ ਜਾਂਦੀ ਗਿੱਟਿਆ ਤੱਕ ਹਾਂ ਬਾਕੀ ਦੇਖਦੇ ਹਾਂ ਕਿਆ ਬਣਦਾ ਕਿਆ ਨਹੀਂ ਬਹੁਤ ਔਖਾ ਭਾਈ ਬਹੁਤ ਜ਼ਿਆਦਾ ਮੋਟਰ ਆ ਗਈ ਮੋਟਰ ਨਹਾਈਏ ਨੰਗੇ ਹੋ ਗਏ ਚੱਲਦੀ ਆ ਚੱਲਦੀ ਆ ਸੋ ਬਾਕੀ ਚੱਲੇ ਆ
ਕਾਪੀ ਲਾ ਲਾ ਤੇ ਪਹਿਲੀ ਡੋਜ਼ ਲਵਾਉਣੀ ਆ ਕਹਿੰਦੇ ਲਵਾ ਲਓ ਸਾਰੇ ਦੱਸਿਆ ਪਹਿਲਾਂ ਹੁੰਦਾ ਸੀ ਲੋਕੀ ਪ੍ਰਾਹੁਣੇ ਸਾਡੇ ਘਰੇ ਆ ਜਾਂਦੇ ਸੀ ਅੱਛਾ ਡਰੋ ਨਾ ਸਾਡੇ ਕੁੱਤੇ ਨੂੰ ਟੀਕਾ ਲੱਗਿਆ ਹੋਇਆ ਜਦ ਹੁਣ ਪ੍ਰਾਹੁਣੇ ਆਉਂਦੇ ਆ ਸੀਗੇ ਡਰੋ ਨਾ ਸਾਡੇ ਟੀਕਾ ਲੱਗਿਆ ਹੋਇਆ ਵੈਕਸੀਨ ਲੱਗੀ ਹੋਈ ਆ ਕੁੱਤੇ ਵਾਲੀ ਜ਼ਿੰਦਗੀ ਕਰਤੀ ਰੱਬ ਨੇ ਕੁੱਤੇ ਵਾਲੀ ਜ਼ਿੰਦਗੀ ਓਕੇ ਜੀ वैक्सीन लग गई है टीका लग गया बाकी नींद पूरी आ रही है डैड होने पीछे ब्याह खाने मेरा जद्दी पिंड सो दसो क्या चीज है देखो देखो भाई दुनिया के रंग देखो देखो जी ढिड कड्या है मौज कर दी ब्रो ढिड देख लो है दुनिया के रंग देखो ब्याह चलन दिया जी बहुत गहराई दे विच आंदा इत्थे मतलब पुलिस पुलिस का कोई सीन नहीं है लाइक माहौल देख सकते हैं ਗੁਬਾਰੇ ਵੀ ਹੈਗੇ ਤੇ ਬੱਚੇ ਬੈਲ ਵੀ ਮਿਲਦੇ ਆ ਬੈਲ ਦੀ ਤਾਂ ਯੂ ਨੋ ਜਾਂ ਪਲੇਟਾਂ ਵੀ ਜੂਠੀਆਂ ਸਿੱਟੀਆਂ ਲੋਕਾਂ ਨੇ ਇਹ ਆਪਣਾ ਬਲੌਗ ਹੈਗਾ ਜੀ ਛੇਵਾਂ ਦਰਸ ਓਕੇ ਜੀ ਭਾਬੀ ਜੀ ਕਿੱਦਾਂ ਠੀਕ ਆ ਮੈਂ ਕਿਹਾ ਰੋਟੀ ਖਾ ਲਈ ਤੁਸੀਂ ਭੁੱਲ ਗਿਆ ਉਹਦੇ ਸੈਨੀਟਾਈਜ਼ਰ ਲਾ ਲਿਆ ਸੀ ਲਾ 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 ਸਕਾ ਥੋੜਾ ਥੋੜਾ ਲਾ ਦੋ ਪਿਆ ਕਹਿੰਦੇ ਵਿਆਹ ਖਾਣਾ ਜ਼ਰੂਰ ਹੈ ਪਰ ਸੈਨੀਟਾਈਜ਼ਰ ਜ਼ਰੂਰ ਲਾ ਲਿਓ ਭੁੱਲ ਗਿਆ ਦੇਖੋ ਭਾਈ ਪਾਪੜ ਨੇ ਸੋ ਆਪਣਾ ਨਵਾਂ ਵੀ ਕਰ ਲਿਆ ਬਾਕੀ ਦੇ ਦੇਗਾ ਯਾਨੀ ਵੇਚ ਰਹਾ ਹਾਂ ਮੈਂ ਤਾਂ ਅੱਗੇ ਟ੍ਰੇਨ ਦਾ ਆਨ ਟ੍ਰੇਨ ਠੀਕ ਹੈ ਜੀ ਲੋ ਜੀ ਦੇ ਹੋ ਅਜੇ ਹੋ ਹੀ ਟ੍ਰਾਈਡ ਇਟ ਸੋ ਦੇ ਨਾ ਪਾਪੜ ਸਾਨੂੰ ਸਿੱਟ ਲੈ ਨਹੀਂ ਆਇਆ ਇਹ ਪਾਪੜਾਂ ਦਾ ਕੰਮ ਨਹੀਂ ਆ ਪਾਪੜੀ ਪਾਪੜੀ ਚਲੋ ਜੀ ਪੁੱਤ।